ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬੂਹ, ਤਹਿਸੀਲ ਪੱਟੀ ਆ ਦੋਸਤੋ, ਅਤੇ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ। ਹਰੀਕੇ ਪੱਤਣ ਤੋਂ ਦੋਸਤੋ ਜਦੋਂ ਆਪਾਂ ਪੱਟੀ ਮੋੜ ਭਿੱਖੀ ਪਿੰਡ ਖਾਲੜਾ ਰੋਡ ਜਾਂਦੇ ਹਾਂ ਤਾਂ ਬਿਲਕੁਲ ਹਰੀਕੇ ਤੋਂ 2 ਕੁ ਕਿਲੋਮੀਟਰ ਦੀ ਦੂਰੀ ਹੈਗੀ ਆ ਪਿੰਡ ਬੂਹ ਦੀ, ਅਤੇ ਖਾਸ ਤੁਸੀਂ ਵਿਜ਼ਿਟ ਜਿਹੜੀ ਆ ਪਿੰਡ ਬੂਹ ਕਰ ਲਿਓ। ਅਤੇ ਓਨਰ ਮੇਰੇ ਨਾਲ ਵੀਰ ਭੁਪਿੰਦਰ ਸਿੰਘ ਹੋਣਗੇ, ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ 2 ਵਿਹੜਾ ਦਿਖਾ ਦਾਂਗੇ, ਅਤੇ 2 ਕੱਟੀਆਂ ਹੋਣਗੀਆਂ, ਬਹੁਤ ਸ਼ੌਕੀਨ ਵੀਰਾਂ ਦੇ ਲਈ ਆ ਜੋੜੀ ਕੱਟੀਆਂ ਦੀ, ਬਿਲਕੁਲ ਘਰੋਂ ਜਿਹੜੇ ਵੀਰ ਹੁਣੀ ਸੇਲ ਕਰਦੇ ਪਏ ਆ। ਅੱਗੇ ਕਿਸੇ ਸ਼ੌਕੀ ਵੀਰ ਨੇ ਬਿਲਕੁਲ ਸਾਂਭ ਸੰਭਾਲ ਕਰਕੇ, ਜਿਹੜੇ ਦੋਸਤੋ ਤੁਸੀਂ ਪਸ਼ੂ ਤਿਆਰ ਕਰਨਾ ਚਾਹੁੰਦੇ ਹੋ, ਅਤੇ 2 ਕੱਟੀਆਂ ਤੁਹਾਨੂੰ ਆਪਾਂ ਜਿਹੜੀਆਂ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ। ਅਤੇ ਏਜ ਪੁੱਛ ਲਾਂਗੇ, ਉਮਰ ਪੁੱਛ ਲਾਂਗੇ, ਰੇਟ ਭਾਅ ਫੜਤਾ ਪੁੱਛ ਲਾਂਗੇ। ਸੋ ਆਓ ਕਰਦੇ ਹਾਂ ਗੱਲਬਾਤ ਵੀਰ ਭੁਪਿੰਦਰ ਦੇ ਨਾਲ। ਅੱਜ ਦੋਸਤੋ 22 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਸਮਾਂ ਤੁਸੀਂ ਨੋਟ ਕਰ ਲਓ, ਕੋਈ ਮਾਰਨਿੰਗ ਦੇ 10 ਵਜੇ ਦਾ ਸਮਾਂ ਹੈਗਾ। ਆਜੋ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਵੀਰ ਭੁਪਿੰਦਰ, ਕੀ ਹਾਲ ਚਾਲ? ਵਧੀਆ ਵਧੀਆ ਸੰਧੂ ਸਾਹਿਬ, ਤੁਸੀਂ ਸੁਣਾਓ? ਬਹੁਤ ਵਧੀਆ ਵੀਰੇ, ਹੋਰ ਠੀਕ ਠਾਕ? ਵਧੀਆ ਵਧੀਆ ਸਭ ਠੀਕ ਠਾਕ। ਠੀਕ ਹੈ ਜੀ। ਤੇ ਅੱਛਾ ਵੀਰ ਭੁਪਿੰਦਰ, ਅੱਜ ਪਸ਼ੂ 4 ਵਕਾਊਗਾ, 2 ਤਾਂ ਛੋਟੀਆਂ ਬਿਲਕੁਲ ਕੱਟੀਆਂ ਦਿਖਾ ਦਾਂਗੇ। ਹਾਂਜੀ ਹਾਂਜੀ। ਤੇ 2 ਵਹਿੜਾ ਗੱਭਣੀ ਹੈ ਦੋਵੇਂ? ਨਹੀਂ, ਇੱਕ ਸੂਈ ਆ। ਅੱਛਾ ਜੀ। ਅੱਜ 3ਜੇ ਦਿਨ ਦੀ ਸੂਈ ਵੱਛੀ ਮਗਰ ਦੇ। ਠੀਕ ਹੈ ਜੀ, ਠੀਕ ਹੈ। ਹਾਂਜੀ, ਇੱਕ ਸੂਈ ਹੈ ਤੇ ਇੱਕ ਗੱਭਣ ਆ ਜੀ। ਹਾਂਜੀ ਹਾਂਜੀ, ਠੀਕ ਆ। ਤੇ ਪਹਿਲੇ ਨੰਬਰ ਤੋਂ ਵੀਰ ਭੁਪਿੰਦਰ ਆਜੋ, ਨਾਲ ਦੀ ਨਾਲ ਗੱਲਬਾਤ ਕਰ ਲੈਂਦੇ ਆ। ਇਹ ਜਿਹੜੀ ਪਹਿਲੇ ਨੰਬਰ ਤੇ ਇਹ ਵੈੜ ਆ, ਹਾਂਜੀ, ਕੀ ਇਨਫੋਰਮੇਸ਼ਨ ਆ ਜੀ? ਇਹ ਵੈੜ, ਇਹ ਸੂਈ ਹੈ ਪਹਿਲੇ ਨੰਬਰ ਵਾਲੀ? ਨਹੀਂ, ਦੂਜੀ ਸੂਈ ਆ। ਇਹ ਗੱਭਣ ਆ ਜੀ। ਹਾਂਜੀ, ਇਹ 2-3 ਦਿਨ ਲਊਗੀ? 2-3 ਦਿਨ ਲੈ ਜੀ। ਹਾਂਜੀ। ਸੂਆ ਕਿਨਮਾ ਹੋਊਗਾ? ਇਹ ਦੂਜੇ ਸੂਏ ਆ। ਦੂਜਾ ਸੂਆ? ਹਾਂਜੀ। ਫਿਰ ਤਿਆਰ ਹੀ ਇੱਕ ਹਿਸਾਬ ਦੀ? ਤਿਆਰ ਆ। ਠੀਕ ਹੈ ਜੀ। 2-3 ਦਿਨ ਜਿਹੜਾ ਵੀਰੋ ਸਮਾਂ ਲੈ ਜੂਗੀ, ਠੀਕ ਆ। ਅਤੇ ਸੂਆ ਦੂਜਾ ਹੈ, ਠੀਕ ਆ। ਕੱਦ ਕਾਠ ਜਿਹੜਾ ਪੂਰੀਆਂ ਵੱਡੀਆਂ ਵਹਿੜਾਂ ਦੇ ਵਿੱਚ ਤੁਸੀਂ ਇਹਦੀ ਗਿਣਤੀ ਕਰ ਸਕਦੇ ਹੋ। ਅਤੇ ਹਜੇ 2-3 ਦਿਨ ਘੱਟੋ ਘੱਟ ਲੈਂਦੀ, ਹੋ ਸਕਦਾ ਵੀ 4-3 ਕੁ ਦਿਨ ਇੱਥੇ ਸਮਾਂ ਲੈ ਜਾਈਏ, ਪਰ ਭਰਨ ਡਈਏ ਪੂਰਾ ਚੌਰਸ, ਅਤੇ ਬਿਲਕੁਲ ਜਿਹੜਾ ਦੋਸਤੋ ਫਿਕਸ ਆਰਡਰ ਆ, ਥਣ ਦੇ ਬਾਅਦ ਤੁਹਾਨੂੰ ਤੋੜ ਕੇ ਦਿਖਾਵਾਂਗੇ, ਤਸੱਲੀ ਦੇ ਨਾਲ ਵਧੇਰੇ ਸਮਝ ਆ ਜੂਗੀ ਗੱਲਬਾਤ। ਬਿਲਕੁਲ ਚੌਰਸ ਦੇਵਾ ਦੋਸਤੋ ਆਰਡਰ। ਨੋਰਮਲੀ ਆਪਾਂ ਨੂੰ ਪਤਾ ਵੀ ਵਹਿੜਾਂ 2-3 ਦਿਨ ਸੂਣ ਦੇ ਵਿੱਚ ਰਹਿ ਜਾਣ, ਅਤੇ ਬਿਲਕੁਲ ਜਿਹੜੀ ਤਿਆਰੀ ਆ 2-3-4 ਦਿਨਾਂ ਦੇ ਵਿੱਚ ਕਰਕੇ ਮੁਕੰਮਲ ਕਰ ਲੈਂਦੀਆਂ ਨੇ। ਸੋ ਕੁਆਲਿਟੀ ਕਾਫੀ ਖੂਬਸੂਰਤ ਆ ਹਵਾਨੇ ਦੀ, ਅਤੇ ਥਣ ਵੀ ਪ੍ਰੋਪਰ ਤੁਸੀਂ ਦੇਖੋਗੇ ਬਿਲਕੁਲ ਮੁੱਠੀ ਵਾਲਾ। ਲਓ ਜੀ, ਲੈ ਜਾਓ। ਬਾਕੀ ਥਣ ਦੇ ਵੀ ਦੀ ਕਾਫੀ ਖੂਬਸੂਰਤ ਆ, ਸਫਾਈ ਕਾਫੀ ਜ਼ਿਆਦੀ ਆ। ਅਤੇ ਸੂਆ ਦੂਜਾ ਦੋਸਤੋ ਚਾਹਵਾਨ ਵੀਰ, ਜਿਹੜੇ ਵੀਰਾਂ ਨੇ ਖਾਸ ਤੌਰ 'ਤੇ ਘਰੇਲੂ ਪਸ਼ੂ ਰੱਖਣਾ, ਤੁਸੀਂ ਵਹਿੜ ਨੂੰ ਹੱਥ ਪਾ ਸਕਦੇ ਹੋ। ਅਤੇ ਵੀਰ ਭੁਪਿੰਦਰ, ਕੀ ਮੁੱਲ ਰਹੂਗਾ ਇਹਦਾ ਲੈਣ ਦੇਣ? ਇਹਦਾ ਸੰਧੂ ਸਾਹਿਬ ਮੁੱਲ 60,000 ਰੁਪਏ ਦਾ। ਹਾਂਜੀ ਹਾਂਜੀ, 60,000 ਆ। ਹਾਂਜੀ, ਅਤੇ ਵਿੱਚੋਂ ਛੋਟ ਛਾਪਾ ਫਿਰ ਮੌਕੇ 'ਤੇ ਕਰਾਂਗੇ, ਮੌਕੇ 'ਤੇ ਜਿਹੜਾ ਕੋਈ ਮਾਣ ਤਾਣ ਜਿਹੜਾ ਬਣਦਾ ਉਹ ਤਾਂ ਹੁੰਦਾ ਹੀ ਆ। ਕਰਾਂਗੇ ਵਹਿੜ, ਬਹੁਤ ਚੰਗੀ ਆ। 15-16 ਲੀਟਰ ਤਾਂ ਪਹਿਲੇ ਸਵੇਰ ਦੁੱਧ ਦਿੰਦੀ ਰਹੀ ਆ। 15-16 ਲੀਟਰ? ਹਾਂਜੀ, ਦੁੱਧ 20-21 ਕਿਲੋ ਦੁੱਧ ਦਊਗੀ, ਜੇ ਕੋਈ ਸਾਂਭੂਗਾ ਤਾਂ ਕੋਈ 6-7 ਕਿਲੋ ਵੰਡ ਪਾਊਗਾ। ਅਤੇ ਬਾਕੀ ਹਵਾਨੇ ਤੋਂ ਕੋਈ ਸ਼ੱਕ ਨਹੀਂ ਹੈਗਾ? ਕੋਈ ਸ਼ੱਕ ਨਹੀਂ, ਥਣਾ ਜਿਵੇਂ ਪੋਲਾ ਚਵਾਇਆ ਦਾ। ਠੀਕ ਹੈ ਜੀ। 20 ਤੋਂ ਪਲੱਸ ਜਿਹੜੀ ਦੋਸਤੋ ਮਿਲਕਿੰਗ ਦੇਣੀ ਚਾਹੀਦੀ ਹੈ। ਫਿਲਹਾਲ ਜਿਹੜਾ ਉਲਟ ਬਹਿਣੀ ਵਾਲੇ ਪਾਸੇ ਤੁਸੀਂ ਆਹ ਥਣ ਦੀ ਕੁਆਲਿਟੀ ਵੇਖ ਸਕਦੇ ਹੋ, ਠੀਕ ਹੈ। ਅਤੇ ਥਣ ਥੁਣ ਪ੍ਰੋਪਰ ਜਿਹੜਾ ਬਿਲਕੁਲ ਮੁੱਠੀ ਵਾਲਾ। ਅਤੇ 60,000 ਜਿਹੜੀ ਆ ਲੈਣ ਦੇਣ ਵਾਲੀ ਗੱਲਬਾਤ ਆ, ਵਿੱਚੋਂ ਛੋਟ ਛਾਪਾ ਮੌਕੇ 'ਤੇ ਆ। ਇਸ ਤੋਂ ਬਾਅਦ ਇੱਕ ਸੈਕਿੰਡ ਨੰਬਰ 'ਤੇ ਜਿਹੜੀ ਵਹਿੜ ਤੁਹਾਨੂੰ ਦਿਖਾਉਣੀ ਆ, ਇਹ ਸੂਈ ਹੈ ਜੀ। ਹਾਂਜੀ ਹਾਂਜੀ, ਠੀਕ ਆ।
ਤੇ ਮੈਨੂੰ ਲੱਗਦਾ ਵੀ ਹੁਣ 10 ਵਜੇ ਆ, ਪਰ ਚਵਾਈ ਆਂਦੀ ਮਾਰਨਿੰਗ ਲੱਗਦਾ ਕਰ ਲਈ ਆ। ਹਾਂਜੀ ਕੁਛ ਚਵਾਈ ਹੋ ਗਈ ਸੰਸਾਰ ਦੀ। ਤੇ ਸੂਆ ਕਿੰਨਾ ਸੂਈ ਆਪੇ? ਦੂਜੇ ਸੂਏ ਓਰੀਜਨਲ ਜਿਹੜਾ ਦੂਜਾ ਸੂਆ। ਹਾਂਜੀ ਤੇ ਬੱਚਾ ਥੱਲੇ ਵੀ ਪਾਇਆ ਵੱਛੀ ਵੱਛੀ ਆ। ਦਿਨ ਕਿੰਨੇ ਕੋ ਗਏ ਸੂਈ ਨੂੰ ਵੀਰ ਭੁਪਿੰਦਰ? ਇਹ ਪਰਸੋਂ ਸ਼ਾਮੀ ਦੀ ਸੂਈ ਆ। ਪਰਸੋਂ ਸ਼ਾਮੀ ਦੀ, ਠੀਕ ਆ। ਪਰਸੋਂ ਸ਼ਾਮੀ ਜਿਹੜੀ ਦੋਸਤੋ ਸੂਈ ਆ, ਠੀਕ ਆ। ਬੱਚਾ ਜਿਹੜਾ ਫੀਮੇਲ ਕਾਫੀ ਨਾ। ਹਾਂਜੀ ਹਾਂਜੀ ਠੀਕ ਆ ਜੀ। ਆਹ ਫੀਮੇਲ ਕਾਫ ਆ ਜੀ, ਆਹ ਵੱਛੀ ਆ। ਤੇ ਆਹ ਨਾੜੂ ਬੱਚੇ ਦੇ ਨਾਲ ਤੁਸੀਂ ਆਹ ਦੇਖ ਸਕਦੇ ਹੋ, ਠੀਕ ਆ। ਮਗਰ ਵੱਛੀ ਆ ਦੋਸਤੋ, ਜਿਹੜਾ ਵੀਰ ਨੇ ਖਾਸ ਤੌਰ 'ਤੇ ਸੋਇਆ ਸੋਇਆ ਪਸ਼ੂ ਤੁਸੀਂ ਲੱਭ ਰਹੇ ਹੋ। ਅਤੇ ਫਿਲਹਾਲ ਆਹ ਜਿਹੜੀ ਦੂਜੇ ਨੰਬਰ 'ਤੇ ਤੁਹਾਨੂੰ ਜਿਹੜੀ ਆਪਾਂ ਇਹ ਬੈਠ ਦਿਖਾਈ ਆ, ਇਹ ਸੂਈ ਆ, ਠੀਕ ਆ ਜੀ। ਅਤੇ ਹੁਣ ਵੀਰ ਭੁਪਿੰਦਰ ਅੱਜ ਤੀਜੇ ਦਿਨ ਦੇ ਦੌਰਾਨ ਕਿੰਨਾ ਕੁ ਦੁੱਧ ਬੌਲੇ ਦੇ ਵਿੱਚ ਹੁਣ ਮਿਲ ਜਾਏ? ਸਮਝਦਾ ਹੋ ਕੇ 9 ਕਿਲੋ ਬੌਲਾ ਹੋਊਗਾ। 9 ਕਿਲੋ ਸਹੀ, ਜਿਹੜਾ ਆਖਣ ਨੂੰ ਤਾਂ 12-13 ਵੀ ਆ ਸਕਦੇ ਆ, ਪਰ 9 ਕਿਲੋ ਬੌਲਾ ਹੋਊਗਾ ਜੀ। 9 ਕਿਲੋ ਹਾਂਜੀ। ਚੋਣ ਚੰਨ ਚੰਗੀ ਭੋਲੀ ਭੂਰ ਛੱਟਾ ਕਿਸੇ ਤਰ੍ਹਾਂ ਦੇ ਸ਼ਾਇਦਾ ਨੇ ਕੋਈ ਭੂਰ ਛੱਟਾ ਜਿਹੜਾ ਆਵੇ, ਬਾਕੀ ਤਸੱਲੀ ਕਰਕੇ ਖੜੇ, ਕੋਈ ਭੂਰ ਛੱਟਾ ਨਹੀਂ ਹੈਗਾ, ਠੀਕ ਆ ਜੀ। ਲਓ ਵੀ ਖੋਲ ਦੋ ਵੀ। ਸੂਬਾ ਸੈਕਿੰਡ ਇਲੈਕਟ੍ਰੀਸ਼ਨ ਦੇ ਵਿੱਚ ਜਿਹੜੀ ਦੋਸਤੋ ਇਹ ਬੈਡ ਸੂਈ ਆ, ਅਤੇ ਫਿਰ ਇਹ ਕਰਕੇ, ਠੀਕ ਆ। ਅਤੇ ਤੀਸਰਾ ਦਿਨ ਅੱਜ ਸੂਈ ਨੂੰ, ਅਤੇ 9 ਕਿਲੋ ਬੌਲਾ ਜਿਹੜਾ ਬਿਲਕੁਲ ਰੈਡੀ ਆ। ਅਤੇ ਵੀਰ ਕਹਿੰਦਾ ਵੀ ਘੱਟੋ ਘੱਟ ਕਹਿਣ ਨੂੰ ਕੋਈ 12-13 ਲੀਟਰ ਬੌਲਾ ਵੀ ਗਿਣਾਇਆ ਜਾ ਸਕਦਾ, ਬਟ ਜਿਹੜੀ ਓਰੀਜਨਲ ਜੀ ਗੱਲ ਉਹ ਕਰਾਂਗੇ ਵੀ 9 ਕਿਲੋ ਜਿਹੜਾ ਬੌਲੇ ਦੇ ਵਿੱਚ ਤੁਸੀਂ ਚਵਾਈ ਆ ਉਹ ਕਰ ਸਕਦੇ ਹੋ, ਠੀਕ ਆ। ਅਤੇ ਹਾਈਟ ਦੀ ਗੱਲ ਕਰੀਏ, ਬੇਲ ਚੰਗੀ ਆ, ਬਾਕੀ ਹਾਈਟ ਪੂਰੀ ਵੱਡੀਆਂ ਬੈੜਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਹੋ। ਅਤੇ ਬਾਕੀ ਜਿਹੜੀ ਮਿਲਕ ਦੀ ਗੱਲ ਕਰ ਲਈਏ ਦੋਸਤੋ, ਬਾਕੀ ਦੁੱਧ ਜਿਹੜਾ ਸੇਵਾ ਦਾ ਫਾਇਦਾ, ਸੋ ਕੁਆਲਿਟੀ ਕਾਫੀ ਖੂਬਸੂਰਤ। ਬਾਕੀ ਇੱਕ ਵਾਰੀ ਫੇਸ ਕੁਆਲਿਟੀ ਤੁਸੀਂ ਵੇਖੋਗੇ ਤਾਂ ਬਿਲਕੁਲ ਛੋਟਾ ਜਿਹਾ ਕੰਨ ਆਹ ਦੇਖੋ, ਠੀਕ ਆ ਜੀ, ਬਿਲਕੁਲ ਛੋਟਾ ਸਮਾਲ ਸਾਈਜ਼ ਕੰਨ। ਅਤੇ ਕੱਦ ਕੱਦ ਕਾਫੀ ਖੂਬਸੂਰਤ, ਅਤੇ ਲੇਵਾ ਬਿਲਕੁਲ ਜਿੱਥੋਂ ਤੱਕ ਮੈਂ ਦੇਖ ਰਿਹਾ ਦੋਸਤੋ, ਅਤੇ ਤੁਹਾਨੂੰ ਦਿਖਾ ਦਿੰਦੇ ਕਿਉਂਕਿ ਮੋਰਨਿੰਗ ਜਿਹੜੀ ਬੌਲੇ ਦੇ ਵਿੱਚ ਚਵਾਈ ਕਰ ਲਈ ਆ, ਠੀਕ ਆ। ਲੈ ਜੋ ਜੀ, ਠੀਕ ਆ। ਤੇ ਭਵਿੰਦਰ ਭਾਈ ਆ ਕੀ ਲੈਣ ਦੇਣ ਰਹੂਗਾ ਇਹਦਾ ਮੁੱਲ? ਫਿਰ ਇਹ ਸਮਝਦਾ 45,000 ਕਰਦੇ ਮੁੱਲ ਇਹਦਾ। ਆਹ ਹਾਂਜੀ 45, ਹਾਂਜੀ ਵਿੱਚੋਂ ਕੋਈ ਮਾਨਤਾਨ ਹੋ ਜੂਗਾ ਵੀ। ਬਿਲਕੁਲ ਜੀ, ਹਾਂਜੀ 45,000 ਆ ਦੋਸਤੋ, ਬਿਲਕੁਲ ਸੱਜਰ ਸੂਈ ਬਿਲਕੁਲ ਬੈਠ ਤੁਹਾਡੇ ਸਾਹਮਣੇ ਆ। ਅਤੇ 45,000 ਆ, ਬੱਚਾ ਥੱਲੇ ਵੱਛੀ ਆ, ਫੀਮੇਲ ਕਾਫ ਆ, ਠੀਕ ਆ ਜੀ। ਸੋ ਜ਼ਰੂਰ ਤੁਸੀਂ ਆ ਕੰਟੈਕਟ ਨੰਬਰ ਜਿਹੜੇ ਬਿਲਕੁਲ ਸਕਰੀਨ 'ਤੇ ਚੱਲਦੇ ਪਏ ਆ, ਕਾਲ ਕਰ ਸਕਦੇ ਹੋ। ਅਤੇ ਭੁਪਿੰਦਰ ਭਾਈ ਆ ਜਾਓ, ਇੱਕ ਤਾਂ ਦੋ ਲਾਸਟ ਦੇ ਵਿੱਚ ਇਹ ਕੱਟੀਆਂ ਦਾ ਜ਼ਿਕਰ ਕੀਤਾ ਸੀ ਆਪਾਂ ਸਟਾਰਟਿੰਗ 'ਤੇ, ਇਹ ਕੱਟੀਆਂ ਪਕਾਊ ਹੈ ਜੀ ਰਵੇ ਦੇ ਵਿੱਚੋਂ ਵੇਖੀਏ, ਤੇ ਨੀਲੀ ਰਾਵੀ ਤੇ ਨੀਲੀ ਦੀ ਘਰ ਦੀਆਂ ਕੱਟੀਆਂ, ਆਪਣਾ ਆਪਦਾ ਮਾਲੀ ਜੀ ਦੀਆਂ ਧੀਆਂ ਹੈ। ਠੀਕ ਆ, ਠੀਕ ਆ, ਬਿਲਕੁਲ। ਤੇ ਮਦਰ ਮੁਦਰ ਵੀ ਫਿਰ ਚੰਗੀਆਂ ਹੋਣਗੀਆਂ? ਚੰਗੀਆਂ, ਕੋਈ 12-13 ਕਿਲੋ ਉਹਨਾਂ ਦੀਆਂ ਮਾਵਾਂ ਦੁੱਧ ਦਿੰਦੀਆਂ। ਨੋਰਮਲ ਜੀ ਸੇਵਾ ਦੀ ਗੱਲ ਕਰੀਏ, 12-13 ਕਿਲੋ ਵਾਲੀਆਂ ਤੀਆਂ ਜਿਹੜੀਆਂ ਇਹ ਬੱਚੀਆਂ ਨੇ। ਹਾਂਜੀ ਹਾਂਜੀ, ਤੇ ਦੋਵੇਂ ਕੱਟੀਆਂ ਜੀ। ਤੇ ਜਿਹੜੀ ਪਹਿਲੀ ਨੰਬਰ ਤੇ ਵੀਰ ਭੁਪਿੰਦਰ ਇਹ ਕੱਟੀ ਆ, ਇਹ ਕਿੰਨੇ ਕੁ ਉਮਰ ਦੇ ਵੱਲੋਂ ਵੇਖੀ, ਕਿੰਨੀ ਕੁ ਏਜ ਇਹ ਹੋਣੀ ਆ? ਕੋਈ 7-8 ਮਹੀਨਿਆਂ ਦੀ ਹੋਣੀ ਆ। 7-8 ਮਹੀਨਿਆਂ ਦੀ, ਹਾਂਜੀ, ਠੀਕ ਆ। ਅਤੇ ਬਿਲਕੁਲ ਬਿੱਲੀ ਮਨਕਣੀ ਆਖਾ ਦੋਸਤੋ, ਠੀਕ ਆ। ਬਾਕੀ ਪੈਰਾਂ 'ਤੇ ਮਾਰਕਿੰਗ ਤੁਸੀਂ ਵੇਖੋਗੇ ਨਹੀਂ ਹੈਗੀ ਫਿਲਹਾਲ, ਮੱਥਾ ਬੱਲਾ ਬਿੱਲੀ ਮਨਕਣੀ ਆਖਾ। ਐਂ ਥਾਣ 4 ਹੀ ਹੋਣਗੇ, ਕੋਈ ਥਾਣਾ 'ਚ ਵਾਧਾ ਘਾਟਾ ਨਾ ਹੋਊਗਾ, ਠੀਕ ਹੈ ਜੀ। ਹਾਂਜੀ, ਅਤੇ ਬਿਲਕੁਲ ਜਿਹੜੀ ਦੂਜੇ ਨੰਬਰ 'ਤੇ ਇਹ ਵੀ ਬੋਲੋ, ਤਾਂ 1-1.5 ਸਾਲ ਦੀ ਹੋਵੇਗੀ? ਇਹ ਵੀ ਸਾਲ ਦੀ ਏ, ਠੀਕ ਹੈ, ਸਾਲ ਦੀ ਜਿਹੜੀ ਦੋਸਤੋ ਏਜ ਆ ਸੈਕਿੰਡ ਨੰਬਰ ਵਾਲੀ। ਬਾਕੀ ਝੋਲੀ ਝਾਲੀ ਤੁਹਾਨੂੰ ਵਿਖਾਉਣੇ ਆ ਵੀ, ਆਹ ਵੇਖੋ, ਠੀਕ ਆ, ਵਿਰਲਾ ਵੇਖੋ, ਇਹਦੀ ਵਿਰਲਾ ਵਿਰਲਾ ਬਹੁਤ ਸੋਹਣੀਆਂ, ਝੋਲੀ ਝਾਲੀ ਅੱਜ ਹੀ ਵੇਖੋਗੇ, ਵੱਟ ਵੁੱਟ ਕਾਫੀ ਆ। ਅਤੇ ਜੋੜੀ ਇਹ ਵਿਕਾਊਗਾ, ਕੱਟੀਆਂ ਦੀ ਜੋੜੀ ਵਿਕਾਊਗਾ ਦੋਸਤੋ, ਖਾਸ ਤੌਰ 'ਤੇ ਜਿਹੜੇ ਕਿਸੇ ਸ਼ੌਕੀਨ ਵੀਰ ਨੇ ਤੁਸੀਂ ਲੱਭ ਰਹੇ ਹੋ ਕੱਟੀਆਂ ਚਾਹਵਾਨ, ਤੁਸੀਂ ਖਰੀਦਣ ਅਤੇ ਵੀਰ ਭੁਪਿੰਦਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਠੀਕ ਆ। ਅਤੇ ਮਾਵਾਂ ਵੀ ਇਹਨਾਂ ਦੀਆਂ ਬਿਲਕੁਲ ਕੋਲ ਆ,
ਤੇ ਬਿਲਕੁਲ ਘਰੇਲੂ ਪਸ਼ੂਆਂ ਦੇ ਵਿੱਚੋਂ ਜਿਹੜੇ ਦੋਸਤੋ ਕੱਟੀਆਂ ਘਰੇਲੂ ਨੇ, ਬਾਕੀ ਜਿਹੜਾ ਵਪਾਰ ਦੀ ਲਾਈਨ ਆ ਜਿਹੜੀਆਂ ਵਹਿੜਾ ਨੇ ਉਹ ਵਪਾਰ ਤੇ ਵਿਕਰੀ ਵਾਲੇ ਪਸ਼ੂ ਵੀ ਕਈ ਵਾਰ ਜਿਹੜੇ ਘਰੇ ਆਉਂਦੇ ਨੇ। ਇਹ ਜਿਹੜੀ ਨਿੱਕੀ ਕੱਟੀ ਹੋਈ ਆ ਝੋਟੀ ਦੀ ਆ, ਆ ਝੋਟੀ ਦੀ ਜਿਹੜੀ ਛੋਟੀ ਆ ਜਿਹੜੀ 8 ਮਹੀਨਿਆਂ ਦੀ ਕੱਟੀ ਆ ਉਹ ਇਹਦੀ ਕੱਟੀ ਆ, ਉਹ ਇਹਦੀ ਜਿਹੜੀ ਆ ਕੱਟੀ ਆ ਜਿਹੜੀ ਆ ਤੁਸੀਂ ਨੀਲੀ ਦੀ ਇਹ ਝੋਟੀ ਦੇਖ ਰਹੇ ਹੋ ਤੇ ਜਿਹੜੀ ਸੈਕੰਡ ਨੰਬਰ ਤੇ ਉਹਦੀ ਉਹ ਝੋਟੀ ਦੀ ਕੱਦ ਘੱਟ ਵੇਖੋ ਝੋਟੀ ਦਾ, ਠੀਕ ਆ ਜੀ। ਜਿਹੜੇ ਸਾਲ ਦੀ ਤੁਸੀਂ ਇਹ ਕੱਟੀ ਦੇਖ ਰਹੇ ਹੋ ਤੇ ਮਦਰ ਤੁਸੀਂ ਵੇਖ ਲਓ, ਸਰੀਰਕ ਬਣਤਰ ਵੇਖ ਲਓ ਵੀ ਕਿੱਡਾ ਵੱਡਾ ਸੋਹਣਾ ਚੰਗਾ ਸਟਰਕਚਰ ਆ, ਚੰਗਾ ਵੱਡਾ ਢਾਂਚਾ ਇਸ ਮੱਝ ਦਾ। ਤੇ ਦੂਜੇ ਨੰਬਰ ਦੀ ਜਿਹੜੀ ਵੱਡੀ ਕੱਟੀ ਆ ਸਾਲਕ ਦੀ ਸਵਾ ਸਾਲ ਦੀ ਉਹ ਇਸ ਮੱਝ ਇਸ ਝੋਟੀ ਦੀ ਜਿਹੜੀ ਦੋਸਤੋ ਬੱਚੀ ਆ, ਤੇ ਪਹਿਲੇ ਨੰਬਰ 'ਤੇ ਜਿਹੜੀ ਛੋਟੀ ਕੱਟੀ ਆ ਉਹ ਇਹਦੀ ਜਿਹੜੀ ਆ ਆਹ ਝੋਟੀ ਦੀ ਬਿਲਕੁਲ ਬੱਚੀ ਆ, ਅਤੇ ਝੋਟੀ ਇਹ ਵੀ ਕਾਫੀ ਖੂਬਸੂਰਤ ਆ ਨਿਸ਼ਾਨਾਂ ਦੇ ਵਿੱਚ ਆ, ਨੀਲੀ ਦੀ ਪਿਓਰ ਜਿਹੜੀ ਆ ਝੋਟੀ ਆ, ਠੀਕ ਆ। ਅਤੇ ਆਹ ਦੋ ਜਿਹੜੇ ਦੋਸਤੋ ਨਗ ਸੀਗੇ। ਤੇ ਵੀਰ ਭੁਪਿੰਦਰ ਕੀ ਲੈਣ ਦੇਣੇ ਦਾ ਕੀ ਰਹੂਗਾ ਕੱਟੀਆਂ ਦਾ, ਜੇਕਰ ਜੋੜੀ ਕੱਟੀ ਕਿਸੇ ਨੇ ਸਾਹਿਬ, ਜੇ ਕੋਈ ਇਕੱਠੀਆਂ ਲਵੇ ਤੇ 20,000 ਰੁਪਏ ਦੀਆਂ ਦੇ ਦਾਂਗੇ, ਜੇ ਕੋਈ ਸਿੰਗਲ ਸਿੰਗਲ ਲਵੇ ਛੋਟੀ ਦਾ ਕੀ ਰੇਟ ਤੇ ਵੱਡੀ ਦਾ ਕੀ ਰਹੂਗਾ? ਵੱਡੀ ਨਿੱਕੀ ਤਾਂ 6,000 ਦੀ ਦੇ ਦਾਂਗੇ, ਵੱਡੀ ਫਿਰ ਕਿੱਥੋਂ ਤੱਕ ਹੋਊਗੀ? ਵੱਡੀ ਦੇ ਦਾਂਗੇ 15-16,000 ਦੀ ਵੱਡੀ ਦੇ ਦਾਂਗੇ, ਠੀਕ ਹੈ ਜੀ। ਤੇ ਜੇਕਰ ਕੋਈ ਇਕੱਠਾ ਲਵੇ ਤੇ ਕੋਈ ਡਿਸਕਾਊਂਟ ਖੁੱਲ੍ਹਾ ਆਜੂਗਾ 20 'ਚੋਂ? ਕਰਾਂਗੇ ਤੇ ਮਾਣਦਾਨ ਕਰਨਾ ਕਰਨਾ ਜਿਹੜਾ ਘਰੇ ਆਊਗਾ। ਬਿਲਕੁਲ ਬਿਲਕੁਲ ਹਾਂਜੀ। ਸੋ ਜੇਕਰ ਦੋਸਤੋ ਸਿੰਗਲ ਸਿੰਗਲ ਤੁਸੀਂ ਲੈਂਦੇ ਹੋ ਕੱਟੀ ਤਾਂ ਵੀ ਰੇਟ ਦਾ ਪਤਾ ਚੱਲ ਹੀ ਗਿਆ ਤੁਹਾਨੂੰ, ਛੋਟੀ ਦਾ 6,000 ਰੁਪਈਆ ਲੈਣ ਦੇਣੇ ਤੇ ਵੱਡੀ 15,000 ਅਪਰੋਕਸੀਮੇਟਲੀ 15,000 ਦੀ ਦਿੱਤੀ ਜਾਊਗੀ, ਠੀਕ ਆ। ਨਿਸ਼ਾਨ ਵੱਡੀ ਦੇ ਚਾਰੇ ਪੈਰ ਧੋਤੇ ਆ ਕੱਟੀ ਦੇ, ਅਤੇ ਮੱਥਾ ਬੱਲਾ ਬੱਗੀ ਮੁੱਛ ਨਾਸ ਵੇਖੋਗੇ ਬਿਲਕੁਲ ਬੱਗੀ ਨਾਸ ਆ, ਅਤੇ ਅੱਖ ਬਿੱਲੀ ਮਣਕਣੀ ਹੈ, ਅਤੇ ਬਿਲਕੁਲ ਕੁੰਡਾ ਸਿੰਘ ਇੱਥੋਂ ਹੀ ਕੁੰਡਾ ਚੂਰ ਸਿੰਘ ਕਰ ਲੈਣਾ ਬਿਲਕੁਲ ਰਾਊਂਡ ਸ਼ੇਪ ਦੇ ਵਿੱਚ। ਇਹ ਪਸ਼ੂ ਅੱਜ ਵੀਰ ਭੁਪਿੰਦਰ ਦੇ ਕੋਲ ਆ ਦੋਸਤੋ, ਪਿੰਡ ਬੂਹ ਤੁਸੀਂ ਖਾਸ ਵਿਜਿਟ ਕਰ ਲਿਓ, ਹਰੀ ਕੇ ਪੱਤਣ ਬਿਲਕੁਲ ਨਜ਼ਦੀਕ ਆ। ਐਨੀਮਲ ਤੁਹਾਨੂੰ ਆਪਾਂ ਜਿਹੜੇ ਦੋ ਵਹਿੜਾਂ ਦਿਖਾਈਆਂ ਨੇ, ਇੱਕ ਵਹਿੜ ਗੱਬਣ ਆ ਕਾਫੀ ਖੂਬਸੂਰਤ ਆ, ਚੰਗੇ ਲੇਵੇ ਦੀ ਮਾਲਕ ਆ, ਅਤੇ ਉਮੀਦ ਕਰ ਸਕਦੇ ਹਾਂ ਵੀ ਦੋਸਤੋ ਚੰਗਾ ਮਿਲਕ ਪਾ ਦਿਓਗੀ। ਨੰਬਰ ਆਪਾਂ ਲੈ ਲੈਂਦੇ ਹਾਂ, ਭੁਪਿੰਦਰ ਵੀਰ ਬੋਲਿਓ ਨੰਬਰ। ਇਹ ਨੰਬਰ ਸੁਣ ਸਾਹਿਬ 95307 ਆ, ਹਾਂਜੀ, 89320, ਹਾਂਜੀ, ਠੀਕ ਆ ਵੀਰ। ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਭੁਪਿੰਦਰ ਸਿੰਘ, ਅਤੇ ਨੰਬਰ ਵੀਰ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਆ, ਨੰਬਰਾਂ 'ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।